ఇద్దరు నాటి ఇంకెలా ఉండాలి ਰਾਜੀ ਖੁਸ਼ੀ ਹੋ ਗਈ ਜੀ। ਸਵਾਗਤ ਹੋਇਆ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ। ਟਾਈਮ ਹੋ ਗਿਆ ਮੈਨੂੰ ਲੱਗਦਾ 9 ਵਜੇ ਹੋਣੇ 8 ਵਜੇ ਦਾ ਟਾਈਮ ਹੋ 8:30 ਵਜੇ ਦਾ ਟਾਈਮ ਹੋ ਗਿਆ ਵਾ ਤੇ ਸ਼ੁਰੂਆਤ ਕਰ ਲਈ ਵਲੌਗ ਦੀ ਅਸੀਂ ਤੇ ਅੱਜ ਫਿਰ ਮੈਂ ਰਾਤੀ ਚਲੇ ਗਈ ਹਾਂ ਇੱਕ ਵਾਰੀ ਫਿਰ ਵਾਪਸ ਤੇ ਪਰ ਫਿਰ ਰਾਤ ਹੀ ਆ ਗਈ ਹਾਂ ਸ਼ਾਮੀ ਦੀ ਤੇ ਹੁਣ ਇੱਥੇ ਇਸ ਕਰਕੇ ਆਏ ਹਾਂ ਕਿ ਆਪਾਂ ਖਾਣਾ ਸੀਗਾ ਮਾਂਜੜਾ। ਤੁਸੀਂ ਪਤਾ ਨਹੀਂ ਭਤੀਜੀ ਮੇਰੀ ਜਾਂਦਾ ਕਈਆਂ ਦਾਬੜਾ ਵੀ ਨਹੀਂ ਮਾਂਜੜਾ ਕਹਿੰਦੇ। ਕੌਣ ਦਾਬੜਾ? ਦਾਬੜਾ ਵੀ ਕਹਿੰਦੇ ਆ? ਅੱਛਾ ਅੱਛਾ। ਮੇਰੀ ਭਤੀਜੀ ਦਾ ਵਿਆਹ ਸੀਗਾ ਤੇ ਉਹਦੇ ਵਿਆਹ ਦੇ ਕਰਨ ਜਿਹੜੇ ਮੁੰਡੇ ਜਾਂ ਕੁੜੀ ਦਾ ਵਿਆਹ ਹੋਵੇ ਹਨਾ ਤੇ ਉਹਨੂੰ ਉਹਦੇ ਵਿਆਹ ਤੋਂ ਪਹਿਲਾਂ ਸਾਰੇ ਮਤਲਬ ਕਿ ਸ਼ਰੀਕੇ ਭਾਈਚਾਰੇ ਵਾਲੇ ਰੋਟੀ ਖਵਾਉਂਦੇ ਆ। ਜਿਹੜੇ ਰੋਟੀ ਖਵਾਉਣ ਉਹਨੂੰ ਕਹਿ ਦਿੰਦੇ ਆ ਮਾਂਜੜਾ। ਸਾਡੇ ਇਹ ਰਸਮ ਆ, ਕਈਆਂ ਪਿੰਡਾਂ ਚ ਸ਼ਾਇਦ ਹੋਰ ਵੀ ਕੁਛ ਕਹਿੰਦੇ ਹੋ। ਵੈਸੇ ਇਹ ਰਸਮ ਅੱਜ ਕੱਲ੍ਹ ਬਹੁਤ ਜ਼ਿਆਦਾ ਘੱਟ ਚੁੱਕੀ ਹੈ ਹਨਾ। ਲੋਕੀ ਸਿਰਫ ਡੱਬਾ ਦੇ ਦਿੰਦੇ ਮਿੱਟੀ ਦਾ ਤੇ ਉਹਦੇ ਚ ਰੋਟੀ ਜਿਹੜੀ ਆ ਉਹਨੂੰ ਨਿਪਟਾ ਦਿੰਦੇ ਆ। ਪਰ ਨਹੀਂ, ਵੈਸੇ ਅਸਲ ਰਸਮ ਇਹ ਹੁੰਦੀ ਆ ਕਿ ਮੁੰਡੇ ਕੁੜੀ ਜਿਹਦਾ ਮਤਲਬ ਜਿਹਨਾਂ ਦੀ ਵੀ ਮੈਰਿਜ ਆ ਉਹਦੇ ਪਰਿਵਾਰ ਪੂਰੇ ਨੂੰ ਸੱਦ ਕੇ ਤੇ ਰੋਟੀ ਖਵਾਉਣੀ, ਉਹਦੇ ਵਿੱਚ ਕੁਝ ਮਿੱਠਾ ਬਣਾਉਣਾ ਹਨਾ। ਸਾਰੀਆਂ ਚਾਚੀਆਂ ਸਭ ਸਦੀਆਂ ਆਪਣਾ ਸ਼ਰੀਕਾ ਭਾਈਚਾਰਾ ਤੇ ਸਾਰੇ ਪਰਿਵਾਰ ਨੂੰ ਰੋਟੀ ਖਵਾਉਣੀ, ਇਹ ਰਸਮ ਹੁੰਦੀ ਆ। ਅੱਜ ਇੱਕ ਘਰ ਆ, ਭਾਗੇ ਦੂਜੇ ਘਰ ਆ, ਜਿੰਨੇ ਘਰ ਆ ਉਹਨੇ ਘਰ ਉਹਨੇ ਘਰਾਂ ਚ ਰੋਟੀ ਮਤਲਬ ਕਿ ਕਰਨੀ ਕਿ ਵੈਸੇ ਇਹ ਸਬਜ਼ੀ ਬਣਦੀ ਜਿੱਥੇ 800 ਤਨਖਾਹ ਦਾਂਗੇ। ਵੈਸੇ ਮੈਂ ਇਹ ਸੁਣਿਆ ਵਾ ਕਿ ਇਹ ਰਸਮ ਇੱਦਾਂ ਵੀ ਹੁੰਦੀ ਹੈ ਕਿ ਮਤਲਬ ਕਿ ਜਿਵੇਂ ਵਿਆਹ ਵਾਲੇ ਪਰਿਵਾਰ ਨੂੰ ਹੁਣ ਘਰ ਚ ਉਹਦੇ ਘਰ ਵਿੱਚ 100 ਕੰਮ ਹੁੰਦੇ ਆ ਤੇ ਇਸ ਕਰਕੇ ਸਿੱਕੇ ਭਾਈਚਾਰੇ ਵਾਲੇ ਵਾਲੇ ਜਿਹੜੇ ਹੁੰਦੇ ਆ ਨਾ ਚਾਚੇ ਤਾਏ ਰੋਟੀ ਇਸ ਕਰਕੇ ਕਰਦੇ ਆ ਕਿ ਅਗਲਾ ਰੋਟੀ ਪਾਣੀ ਦਾ ਉਹਨਾਂ ਨੂੰ ਕੰਮ ਨਾ ਪਵੇ ਤੇ ਅਗਲੇ ਆਪਦੇ ਜਿਹੜੇ ਘਰ ਦੇ 100 ਕੰਮ ਕੱਪੜਾ ਲੱਤਾ ਬਣਾਉਣਾ ਹਨਾ ਘਰ ਦੇ ਵਿੱਚ ਕਿੰਨੇ ਕੰਮ ਹੁੰਦੇ ਵਿਆਹ ਦੇ ਉਹ ਆਪਣਾ ਟੈਨਸ਼ਨ ਫਰੀ ਹੋ ਕੇ ਨਿਪਟਾ ਲੈਣ ਤੇ ਰੋਟੀ ਦਾ ਜਿਹੜਾ ਵਾ ਉਹ ਉਹਨਾਂ ਨੂੰ ਮਤਲਬ ਕਿ ਫਿਕਰ ਨਾ ਹੋਵੇ ਵੀ ਇਹ ਘਰੇ ਜਾ ਕੇ ਰੋਟੀ ਵੀ ਪਕਾਉਣੀ। ਮੈਂ ਇਹ ਵੀ ਸੁਣਿਆ ਇਹ ਗੱਲ ਹੈਗੀ ਆ ਤੇ ਪਰ ਇਹ ਏਦਾਂ ਵੀ ਆ ਕਿ ਮਤਲਬ ਕਿ ਉਹ ਮਤਲਬ ਕਿ ਰੋਟੀ ਖਵਾਉਣ ਵਾਲੀ ਇੱਕ ਰਸਮ ਵੀ ਹੈ ਤੇ ਉਹਨੂੰ ਮਾਂਜੜਾ ਕਹਿ ਦਿੰਦੇ ਆ ਤੇ ਸਾਡੇ ਇੱਥੇ ਤੇ ਏਦਾਂ ਵਾ ਤੇ ਹੁਣ ਆਪਾਂ ਰੋਟੀ ਦੀ ਤਿਆਰੀ ਕਰਨ ਲੱਗੇ ਆ। ਮੰਮੀ ਨੇ ਇੱਧਰ ਬਣਾ ਦਿੱਤੀ ਆ ਚਣਿਆਂ ਦੀ ਸਬਜ਼ੀ, ਅੱਜ ਆਪਾਂ ਬਣਾਏ ਚਿੱਟੇ ਚਣੇ ਵਾਈਟ ਚਣੇ ਤੇ ਹੁਣ ਬਣਾਉਣੀ ਸ਼ਿਮਲਾ ਮਿਰਚ ਦੀ ਸਬਜ਼ੀ ਨਾਲ ਬਣਾਉਣੀ ਲੂਣ ਵਾਲੇ ਚੌਲ ਤੇ ਹੋਰ ਨਾਲ ਕਸਟਰਡ ਤੇ ਨਾਲ ਦਹੀਂ ਤੇ ਹੁਣ ਆਪਾਂ ਇਹਦੀ ਤਿਆਰੀ ਕਰਨ ਲੱਗੇ ਆ। ਇੱਧਰ ਮੰਮੀ ਡੈਡੀ ਨੇ ਜਾਣਾ ਸੀਗਾ ਤੇ ਉਹਦੀ ਰੋਟੀ ਪਕਾਉਂਦੇ ਆ ਤੇ ਉਹ ਰੋਟੀ ਖਾ ਲੈਣ ਤੇ ਬਾਅਦ ਵਿੱਚ ਆਪਾਂ ਕਰਦੇ ਹਾਂ ਆਪਣਾ ਅਗਲਾ ਕੰਮ। ਤੜਕੇ ਤੜਕੇ ਆਪਾਂ ਸਾਰਾ ਮਤਲਬ ਕਿ ਮਸਾਲਾ ਮਸੂਲਾ ਕੱਟ ਕੇ ਆ ਇਹਨੂੰ ਸਾਰੇ ਪਿਆਜ਼ ਪਿਊਜ਼ ਆਪਾਂ ਤੜਕਾ ਕੱਟ ਕੇ ਰੱਖ ਲਿਆ ਬਸ ਆਪਾਂ ਤੜਕਾ ਹੀ ਲਾਉਣਾ ਤੇ ਆਪਾਂ ਕੀਤੀ ਸੁਬਹਾ ਦੀ ਰੋਟੀ ਸ਼ਾਮ ਦੀ ਨਹੀਂ
ਕਿਉਂਕਿ ਸ਼ਾਮ ਨੂੰ ਮੈਂ ਵੀ ਜਾਣਾ ਸੀਗਾ ਘਰੇ ਤਾਂ ਕਿਤਾ ਬੱਚੇ ਟਿਊਸ਼ਨ ਵਾਲੇ ਆਉਂਦੇ ਆ ਛੋਟੀ ਤਾਂ ਵੱਡੀ ਤਾਈ ਆ ਜਦੋਂ ਹਾਂ ਸ਼ਾਮ ਨੂੰ ਚਾਚੇ ਉਹਨਾਂ ਦੀ ਦੂਸਰੇ ਘਰ ਦੇ ਵਿੱਚ ਆ ਇਹਨਾਂ ਦੇ ਘਰ ਤੇ ਇਹਨਾਂ ਦੇ ਘਰ ਤੇ ਇਧਰ ਇਹਨਾਂ ਦੇ ਘਰ ਤੇ ਖੁਦ ਨਹੀਂ ਕਿਤੇ ਉੱਥੇ ਨਹੀਂ ਆ ਕਰਨਾ ਕਰਨ ਜਿਹੜਾ ਤੁਸੀਂ ਜਾ ਕਰਨ ਤੂੰ ਲੰਮਾ ਆ ਵੈਸੇ ਹੋਏ ਹਾਂ ਕਿੱਧਰ ਗਈ ਨਾ ਸਰ ਕੋਈ ਵੀ ਨੀ ਮੈਂ ਲਾਉਣੀ ਆ ਕੀ ਲਾਉਣਾ ਵਾ ਕੀ ਲਾਉਣਾ ਵਾ ਉਹ ਡੱਬਾ ਲੈ ਅੱਜੂ ਬੱਜੂ ਮੈਂ ਇਹਨਾਂ ਤੋਂ ਲੰਮੀ ਆ ਤਿੰਨਾਂ ਤੋਂ ਸਬਜ਼ੀ ਮਾੜਾ ਜਾ ਨਹੀਂ ਉਹ ਵੇਖਣ ਚ ਪੈਣਾ ਹੁੰਦਾ ਰੋਟੀ ਆ ਵੇਖ ਇੱਧਰ ਮੈਡਮ ਜੀ ਓਕੇ ਨਿੱਕੀ ਆ ਤੈਨੂੰ ਵੱਡੀ ਆ ਮੈਂ ਮੇਰੇ ਜਵਾਨ ਜਦੋਂ ਬੱਚੇ ਦਾ ਵਿਆਹ ਹੁੰਦਾ ਵਾ ਉਹਨੂੰ ਖਵਾਉਣਾ ਪੈਂਦਾ ਸਗਨ ਵਾ ਇਹ ਸਗਨ ਇਹ ਆ ਅੱਛਾ ਬਸ ਇਹੋ ਹੀ ਸਾਰਾ ਪਰਿਵਾਰ ਰੋਟੀ ਖਾਓ ਰੋਟੀ ਵਾਧੂ ਹੁੰਦੀ ਪਲੇਟ ਭਰ ਕੇ ਬਹਿ ਗਏ ਰੋਟੀ ਕਿਉਂ ਉਧਰ ਵਗ ਜੂਗੀ ਇੱਕ ਨੂੰ ਪਾਣੀ ਦੇ ਨੀ ਮਾਨੂ ਇੱਧਰ ਵੇਖੀ ਹੁਣ ਗੱਡੀ ਆਉਂਦੀ
ਤੁਰਪੀਆਂ ਵੱਲਾਂ ਬੁੱਲਾਂ ਵੀ ਸਾਰੀਆਂ ਨਾ ਵਧੀਆ ਵਾ, ਸਬਜ਼ੀ ਨਾ ਲੈਣੀ ਪਈ, ਸਹੀ ਗੱਲ ਆ, ਅੱਗੇ ਦਾ ਦ੍ਰਿਸ਼ ਅਸ਼ਕੀਆ ਤੋਰੀ ਦੀਆਂ ਵੱਲਾਂ ਵਿੱਚ ਮਿਰਚਾਂ ਲਾਈਆਂ ਨਾ, ਉਹ ਵੀ ਕੀ ਆ ਤੋਰੀ ਵੱਲਾਂ ਚੜੀਆਂ ਵਿੱਚ ਮਿਰਚਾਂ, ਉਹ ਪਤਾ ਨੀ ਚਪੇਟੂ ਹੋਏ ਆ ਅੱਜ ਕੁਛ ਲੱਗਾ ਨਾ ਵਿੱਚ ਵਿੱਚ ਕਾਰ ਨਹੀਂ ਲੱਗਾ ਹੁੰਦਾ ਅਮਰੂਦ ਆ ਜਾਮਣੂ ਵੀ ਹੈਗਾ ਵਾ ਐਰਕੀ ਆਪਣੇ ਲੱਗੇ ਆ ਮਨ ਦਾ ਖਾਂਦਾ ਕਲਰ ਕੁਲਰ ਕਰਦੇ ਰਹੇ ਸਾਰੇ ਖਾਣਗੇ ਸਾਂਝੀਆਂ ਫਿਰ ਅਸੀਂ ਥਾਂ ਹੀ ਲੈ ਲਿਆ ਤੋਰੀਆਂ ਸਰੋਂ ਵਿੱਚ ਬਣਾਓ ਨਾ ਭਵੇਂ ਆ ਗਿਆ ਆ ਵੇਖੋ ਇੱਧਰ ਆ ਲੱਗੀ ਆ ਗੱਡੀ ਆ ਬਣ ਰਿਹਾ ਵਾ ਰੈਂਪ ਤੇ ਆ ਹੋ ਰਹੀ ਆ ਤਿਆਰ ਸਾਰਾ ਕੁਛ ਅਸੀਂ ਗੁਆਂਢੀਆਂ ਦਾ ਘਰ ਵੀ ਵੇਖ ਸਕਦੇ ਹਾਂ ਕਵਲ ਦੇ ਘਰ ਇੱਕ ਹੋਰ ਕੁੜੀ ਹੋ ਗਈ ਸਰਦੀ ਅੱਗੇ ਦੋ ਕੁੜੀਆਂ ਫੇਰ ਹੋਈ ਕਵਲ ਕਵਲ ਉਹ ਪਰਲਾ ਘਰ ਕਿਸਮਤ ਚ ਚਲੋ ਮਹਾਰਾਜ ਜੋ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਹੀ ਆਉਣੇ ਸਾਰੀਆਂ ਦੇ ਫੁੱਲ ਕਿੰਨੇ ਸੋਹਣੇ ਲੱਗਾ ਉਹ
ਖਿੜਿਆ ਨਾ ਆ ਜਿਹੜਾ ਆ ਬੜੇ ਸੋਹਣੇ ਆ ਪਿੰਕ ਆ ਉਹ ਤੇ ਆਂਦੀ ਹੈ ਪਿੰਕ ਉੱਤੇ ਵਾਈਟ ਰੁੱਦਾਂ ਦੇ ਲਏ ਸਾਡੇ ਗਵਾਂਢੀ ਚੰਗੇ ਜਿਹੜੇ ਆਉਂਦੇ ਸਾਡੇ ਘਰ ਨੂੰ ਝਾਤੀਆਂ ਮਰੀ ਜਾਂਦੇ ਕੋਈ ਨੀ ਹਵਾ ਵੀ ਭੱਜਣ ਦੀ ਵੈਸੇ ਧੁੱਪ ਇੰਨੀ ਖਾਸ ਨੀ ਲੱਗਣ ਦੀ ਗਵਾਂਢ ਨੂੰ ਦੂਜਾ ਵਾ ਮਨੀ ਪਲਾਂਟ ਆਹੋ ਉਹਦਾ ਵੀ ਇੱਕ ਲੱਗਾ ਬਸ ਕਰਾਂਗੇ ਬਣਾਈਆਂ ਲੋ ਜੀ ਟਾਈਮ ਹੋ ਗਿਆ 12:30 ਦਾ ਤੇ ਆਪਾਂ ਇੱਧਰ ਆਏ ਸੀਗੇ ਹਵੇਲੀ ਦੇ ਵਿੱਚ ਸਬਜ਼ੀਆਂ ਵੇਖਣ ਤੇ ਇੱਧਰ ਦੇਖੋ ਜਵਾਕ ਮਿੱਟੀ ਦੇ ਵਿੱਚ ਖੇਡਣ ਦੇ ਸਾਡੇ ਹੈਲੋ ਬੱਚਿਓ ਆ ਮੌਜ ਜਿਹੜੀ ਇਹ ਨੀ ਲੱਭਣੀ ਕਿਤੇ ਵੀ ਹਨਾ ਹਨਾ ਮਿੱਟੀ ਦੇ ਵਿੱਚ ਖੇਡਣ ਵਾਲੀ ਹੁਣ ਉਧਰ ਜਿਵੇਂ ਸਾਰਾ ਆਪਣਾ ਘਰ ਪੱਕਾ ਵਾ ਤੇ ਪੱਕੇ ਦਾ ਕਰਕੇ ਆਪਾਂ ਨੂੰ ਕਿਤੇ ਵੀ ਹਨਾ ਖੇਡਣ ਨੂੰ ਮਤਲਬ ਕੀ ਹੈ ਨੀ ਜਗ੍ਹਾ ਮਿੱਟੀ ਦੀ ਮਾਸਾ ਵੀ ਨੀ ਹੈਗੀ ਤੇ ਇਸ ਕਰਕੇ ਇੱਧਰ ਵੇਖੋ ਹੁਣ ਜਿਵੇਂ ਹਵੇਲੀ ਦੇ ਵਿੱਚ ਆਪਣੇ ਸਾਰੇ ਆ ਗਏ ਨਾ ਵਾਧੂ ਮਿੱਟੀ ਜਿੱਦਾਂ ਮਰਜ਼ੀ ਬੱਚੇ ਖੇਡਣ ਮਿੱਟੀ ਦੇ ਵਿੱਚ ਪਹਿਲਾਂ ਲੋਕੀ ਮਿੱਟੀ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਕਿਉਂਕਿ ਮਿੱਟੀ ਬੱਚੇ ਜਦੋਂ ਘਰ ਦੀ ਮਿੱਟੀ ਹੁੰਦੀ ਨਾ ਬੱਚੇ ਵੱਧਦੇ ਫੁੱਲਦੇ ਵੀ ਜ਼ਿਆਦਾ ਹੁੰਦੇ ਤੇ ਸਿਹਤ ਵੀ ਤੰਦਰੁਸਤ ਰਹਿੰਦੀ ਹੁੰਦੀ ਸੀ ਤੇ ਹੁਣ ਮਿੱਟੀ ਨਹੀਂ ਹੈਗੀ ਤੇ ਹੁਣ ਸਿਹਤ ਨੂੰ ਰੋਗ ਵੀ ਓਨੇ ਜ਼ਿਆਦੇ ਤੇ ਬਸ ਅਸੀਂ ਆ ਫਰਸ਼ਾਂ ਆਪਾਂ ਪਾਲੀਆਂ ਵਾ ਤੇ ਆਪਾਂ ਕਹਿੰਦੇ ਹਾਂ ਵੀ ਫਰਸ਼ਾਂ ਦੇ ਸਿਰਫ ਖਲਾਰਾ ਨਾ ਫਰਸ਼ਾਂ ਤੇ ਪਵੇ ਤੇ ਮਿੱਟੀ ਤੇ ਮਾਸਾ ਜਿੰਨੀ ਬਣਾ ਘਰ 'ਚ ਰਵੇ ਪਰ ਮਿੱਟੀ ਬਹੁਤ ਜ਼ਰੂਰੀ ਹੈ ਸਬਜ਼ੀਆਂ ਮੰਮੀ ਹੋਣਾ ਕਿ ਬਹੁਤ ਹੋ ਗਈਆਂ ਤੇ ਆਪਾਂ ਆਇਆ ਕਰਾਂਗੇ ਤੇ ਸਬਜ਼ੀਆਂ ਤੋੜ ਕੇ ਖੜਿਆ ਕਰਾਂਗੇ ਕਿਉਂਕਿ ਇਹ ਔਰਗੈਨਿਕ ਆ ਸਾਰੀਆਂ ਕੋਈ ਇਹਨਾਂ ਨੂੰ ਸਪਰੇਅ ਨਹੀਂ ਕੋਈ ਖਾਦ ਨਹੀਂ ਕਿੰਨੀਆਂ ਵਧੀਆ ਸਬਜ਼ੀਆਂ ਹੋਈਆਂ ਵਾ ਤੇ ਤੁਹਾਨੂੰ ਪਤਾ ਔਰਗੈਨਿਕ ਚੀਜ਼ਾਂ ਦੇ ਕਿਤੇ ਅੱਜ ਕੱਲ੍ਹ ਔਰਗੈਨਿਕ ਸਬਜ਼ੀਆਂ ਘੱਟ ਹੀ ਮਿਲਦੀਆਂ ਵਾ ਇਹਨਾਂ ਨੂੰ ਕੋਈ ਸਪਰੇਅ ਕੋਈ ਕੁਛ ਨਹੀਂ ਹੋਇਆ ਕਿ ਉਹ ਬੱਦਲ ਵਾਧੂ ਘੱਟੂ ਦੀਆਂ ਇੱਟਾਂ ਉੱਟਾਂ ਰੱਖੀਆਂ ਵਾਧੂ ਘੱਟੂ ਲੱਕੜਾਂ ਰੱਖੀਆਂ ਤੇ ਹੁਣ ਆਪਾਂ ਚੱਲਦੇ ਆ ਉਧਰ ਲਓ ਜੀ ਸ਼ਾਮ ਦੇ ਵੱਜ ਗਏ ਨੇ 4 ਤੇ ਆਪਾਂ ਬਣਾਈ ਸੀਗੀ ਚਾਹ ਆਪਾਂ ਨੀ ਮਤਲਬ ਕਿ ਜਗਰੂਪ ਨੇ ਬਣਾਈ ਸੀ ਚਾਹ ਤੇ ਮੈਂ ਆ ਗਈ ਆਂ ਘਰ ਹਾਂ ਜਗਰੂਪ ਨੇ ਕਰਤੀ ਚਾਹ ਤਿਆਰ ਜਗਰੂਪ ਹਾਂ ਸਹੀ ਗੱਲ ਸ਼ਾਮ ਦੇ ਵੱਜ ਗਏ 4 ਤੇ ਜਗਰੂਪ ਨੇ ਕਰਤੀ ਚਾਹ ਤਿਆਰ ਤੇ ਮੈਂ ਹੁਣੇ ਅਜੇ ਆਈ ਸੀ ਮੰਮੀ ਹੋਣਾਂ ਦੇ ਕੋਲੋਂ ਤੇ ਆਣ ਕੇ ਨਾ ਧੁੱਪੋਂ ਆ ਕੇ ਤੇ ਸਿਰ ਜਿਹਾ ਬੜਾ ਦਰਦ ਹੁੰਦਾ ਸੀ ਤੇ ਇੱਕ ਨੀਂਦ ਜਿਹੀ ਬੜੀ ਆਉਂਦੀ ਟਾਈਮ ਨਹੀਂ ਮਿਲਿਆ ਅੱਜ ਥੋੜ੍ਹਾ ਜਿਹਾ ਵੀ ਲੰਮੇ ਪੈ ਉਹਦੇ ਵਿੱਚ ਚੱਲ ਕੋਈ ਗੱਲ ਨਹੀਂ
ਪਰਿਵਾਰ ਦੇ ਨਾਲ ਹੀ ਘਰ ਹੁੰਦਾ ਵਾ ਤੇ ਚਲੋ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਹੁੰਦੀਆਂ ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਦਿਨ ਵਧੀਆ ਲੰਘਿਆ। ਦਿਨ ਵਧੀਆ ਹੀ ਵੈਸੇ ਤਾਂ ਮਹਾਰਾਜ ਦਾ ਜਿਹੜਾ ਦਿਨ ਚੜਿਆ ਉਹ ਵਧੀਆ ਹੀ ਹੁੰਦਾ ਵਾ। ਸਹੀ ਗੱਲ ਆ ਤੇ ਪਰ ਇਹ ਆ ਵੀ ਚਲੋ ਹੁਣ ਪਰਿਵਾਰ ਦੇ ਨਾਲ ਜੀਆਂ ਦੇ ਨਾਲ ਗੱਲਾਂ ਬਾਤਾਂ ਕਰ ਲਈਦੀਆਂ ਵਾ। ਸਹੀ ਗੱਲ ਉਹ ਤਾਂ ਇਕੱਲੇ ਬੈਠੇ ਰਹੀ ਤਾਂ ਉਹ ਮਿੱਟੀ ਥੋੜੀ ਘੱਟ ਆ ਥੱਲੇ ਜਿਹਾ ਨਹੀਂ ਹੋਣਾ। ਤੇ ਮੈਂ ਨਾ ਦੋ ਬੂਟੇ ਲੈ ਕੇ ਸੀ ਕੱਲ੍ਹ ਸਿਸਟਰ ਦੇ ਕੋਲ ਜਦੋਂ ਗਏ ਹਾਂ ਤੇ ਉਹਨਾਂ ਦੇ ਘਰੋਂ ਤੇ ਬੜੇ ਵਧੀਆ ਹੋਏ ਸੀ ਤੇ ਉਹਨਾਂ ਦੇ ਕੋਲੋਂ ਜਿੱਦਾਂ ਹੁੰਦੇ ਨਾ ਕਈ ਪਲਾਂਟ ਜਿਨ੍ਹਾਂ ਦੇ ਨਾਲ ਮਤਲਬ ਕਿ ਸਾਈਡ ਤੋਂ ਛੋਟੇ ਛੋਟੇ ਬੱਚੇ ਬੱਚੇ ਜੇ ਵੀ ਨਿਕਲ ਆਉਂਦੇ ਆ ਤੇ ਉੱਥੋਂ ਉਹਨਾਂ ਦੀ ਕਟਿੰਗ ਕਰਕੇ ਉਹ ਲਿਆਉਂਦੇ ਸੀਗੇ ਤੇ ਉਹ ਲਾ ਰਹੇ ਆ ਬੂਟਾ ਜਿਹੜਾ ਉਹਦੇ ਬੱਚੇ ਹੋਏ ਸੀਗੇ ਤੇ ਆਪਾਂ ਉਹ ਲੈ ਆਏ ਤੇ ਉਹ ਹੁਣ ਆਪਾਂ ਏਦਾਂ ਹੁੰਦਾ ਕਿ ਇੱਕ ਪਲਾਂਟ ਤੋਂ ਕਈ ਬਦਲ ਕੇ ਬਾਅਦ ਚ ਖਿਲਰਦਾ ਵਾ ਪਰ ਅੱਗੇ ਵਾਧਾ ਵਾਧਾ ਵਧੀ ਜਾਂਦਾ ਵਧੀਆ। ਇੱਕ ਬੰਦੇ ਤੋਂ ਕਿੰਨੀਆਂ ਪੀੜ੍ਹੀਆਂ ਚੱਲ ਪੈਂਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਇਹ ਬੂਟੇ ਆ ਦਰਖਤ ਆ ਇਹਨਾਂ ਦੀਆਂ ਪੀੜ੍ਹੀਆਂ ਤਰੀਆਂ ਜਾਂਦੀਆਂ। ਕਈਆਂ ਤੋਂ ਹੁੰਦਾ ਕਈਆਂ ਤੋਂ ਨਹੀਂ ਵੀ ਹੁੰਦੇ ਬੂਟੇ ਕਈ ਇਹ ਵਹਿੰਦੇ ਹੁੰਦੇ ਆ ਕਿ ਜਿਹੜਾ ਇਨਸਾਨ ਵੀ ਵਿਚਾਰੇ ਇਸ ਤਰ੍ਹਾਂ ਦੇ ਹੁੰਦੇ ਆ ਹੁੰਦੇ। ਸਹੀ ਗੱਲ ਹਾਂ ਇਹ ਵੀ ਗੱਲ ਹੈਗੀ ਹਾਂ ਇਹ ਵੀ ਗੱਲ ਹੈਗੀ ਆ ਕੁਦਰਤ ਜਿਹੜੀ ਆ ਹਰ ਇੱਕ ਲਈ ਇੱਕੋ ਜਿਹੀ ਵੈ ਬਣੀ ਹੋਈ ਜੇ ਵੇਖੀਏ ਤੇ ਹਨਾ। ਤੇ ਚਲੋ ਹੁਣ ਆਪਾਂ ਪੀਏ ਚਾਹ ਤੇ ਮੇਰੇ ਬੱਚੇ ਬਸ ਹੁਣ ਸਟਾਰਟ ਹੋ ਗਏ ਨੇ ਮੈਂ ਚਾਹ ਪੀ ਲਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਤੇ ਵੀਡੀਓ ਦੀ ਅੱਜ ਆਪਾਂ ਐਂਡਿੰਗ ਇੱਥੇ ਕਰਦੇ ਹਾਂ। ਵੀਡੀਓ ਬਹੁਤ ਲੰਬੀ ਹੋ ਜਾਣੀ ਆ ਜਿਹੜੀ ਅੱਜ ਆਪਾਂ ਵੀਡੀਓ ਬਣਾਈ ਆ। ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਿੱਥੇ ਕਿੱਥੇ ਇਹ ਰਸਮ ਹੈਗੀ ਆ ਮਾਂਜੜਾ ਖਵਾਉਣ ਦੀ ਤੇ ਸਾਡੇ ਪਿੰਡਾਂ ਦੇ ਵਿੱਚ ਤੇ ਅਜੇ ਤੱਕ ਹੈਗੀ ਆ ਜਿੰਦਾ ਵਾ ਤੇ ਕਈਆਂ ਥਾਵਾਂ 'ਤੇ ਖਤਮ ਹੋ ਗਈ। ਹਾਂਜੀ ਪੁੱਤ ਕਿੱਥੇ ਜਾਣਾ ਹੀ ਜਾਓ ਜਾਓ ਨਾ ਉੱਚੀ ਬੋਲੋ ਤੇ ਕਈਆਂ ਮੈਂ ਹੁਣ ਸ਼ਹਿਰਾਂ ਦੇ ਵਿੱਚ ਆਮ ਤੌਰ ਤੇ ਖਤਮ ਹੋ ਗਈ ਕਿਉਂਕਿ ਲੋਕ ਕਹਿ ਦਿੰਦੇ ਆ ਨਹੀਂ ਹੁਣ ਪਿੰਡਾਂ ਦੇ ਵਿੱਚ ਵੀ ਬਹੁਤ ਘਟ ਗਿਆ ਕੰਮ। ਹਾਂ ਘਟ ਹੀ ਹੈ ਫਿਰ ਗੱਲ ਉੱਥੇ ਉਦੋਂ ਵਾਲੀ ਹੋ ਜਾਂਦੀ ਆ। ਚਲੋ ਅੱਗੇ ਸਵੇਰੇ ਤਾਈ ਪੁੱਛਦੇ ਸੀ ਵੀਡੀਓ 'ਚ ਗੱਲ ਕਰਾਂ। ਹਾਂ ਅੱਗੇ ਸਵੇਰੇ ਤਾਈ ਕਹਿੰਦੇ ਸੀ ਕਿ ਮੈਂ ਰਾਹ 'ਚ ਆਉਂਦੇ ਹਾਂ ਤੇ ਮੈਨੂੰ ਕੋਈ ਪੁੱਛਣ ਦਿਆ ਆਪਣੇ ਘਰ ਨੂੰ ਆਉਂਦਾ ਸੀ ਨਾ ਤੇ ਕਹਿੰਦੀ ਕਹਿੰਦੀ ਮੈਂ ਆਉਂਦੀ ਤੇ ਗੁਆਂਢਣ ਹੀ ਪੁੱਛਣਦੀ ਵੀ ਕਿੱਧਰ ਚੱਲੀ ਹਾਂ ਤੇ ਤਾਈ ਕਹਿੰਦੀ ਵੀ ਅੱਜ ਅਸੀਂ ਇੱਦਾਂ ਰੋਟੀ ਕੀਤੀ ਆ ਸਾਡੇ ਸਰੀਕੇ ਭਾਈਚਾਰੇ 'ਚ ਹੀ ਇਹਨਾਂ ਨੇ ਕੀਤੀ ਉਹਨਾਂ ਦੀ ਰੋਟੀ ਤੇ ਉਹ ਆਉਂਦੀ ਕਹਿੰਦੀ ਵੀ ਤੁਹਾਡੇ ਵਾਹਵਾ ਵਧੀਆ ਹੈ ਤੁਸੀਂ ਕਰ ਲੈਂਦੇ ਜੇ ਸਾਡੇ ਤਾਂ ਲੋਕ ਡੱਬੇ ਹੀ ਫੜਾ ਜਾਂਦੇ ਆ ਵੀ ਸਾਡਾ ਸਰੀਕਾ ਭਾਈ ਜਿਹੜਾ ਉਹ ਸਾਰੇ ਡੱਬੇ ਦੇ ਜਾਂਦੇ ਆ ਵੀ ਮਿੱਠੇ ਦਾ ਡੱਬਾ ਦੇ ਦਿਓ ਤੇ ਬਸ ਇੰਨੇ 'ਚ ਹੀ ਹੋ ਜਾਂਦਾ ਵਾ ਨਹੀਂ ਇਹ ਮਾਨ ਸਤਿਕਾਰ ਹੋ ਜਾਂਦਾ ਤੇ ਇੱਕ ਰੌਣਕ ਜਿਹੀ ਲੱਗ ਜਾਂਦੀ ਹੈ ਭੈਣ ਭਰਾ ਇਕੱਠੇ ਹੋ ਜਾਂਦੇ ਆ ਇਸ ਚੀਜ਼ ਨਾਲ ਪਿਆਰ ਵੱਧਦਾ ਭੈਣ ਭਰਾਵਾਂ ਦਾ। ਹਾਂਜੀ ਹਾਂਜੀ ਬਹੁਤ ਕਰਮਾਂ ਵਾਲੇ ਘਰ ਹੁੰਦੇ ਆ ਇਸ ਤਰ੍ਹਾਂ ਜਿਹੜਾ ਚੱਲਦਾ ਅਜੇ ਰੀਤੀ ਰਿਵਾਜ਼ ਕਿਉਂਕਿ ਪਹਿਲਾਂ ਲੋਕਾਂ ਦੇ ਇੱਥੇ ਇਹ ਰੀਤੀ ਰਿਵਾਜ਼ ਸੀ ਤੇ ਪਿਆਰ ਸੀ ਸਹੀ ਗੱਲ ਆ ਹੁਣ ਜੋ ਰੀਤੀ ਰਿਵਾਜ਼ ਖਤਮ ਹੋ ਗਿਆ ਤੋ ਪਿਆਰ ਵੀ ਖਤਮ ਹੋ ਗਿਆ ਤੇ ਚਲੋ ਵਧੀਆ ਗੱਲ ਹੈ ਇੱਕ ਦੂਜੇ ਨਾਲ ਜੁੜੇ ਰਹਿੰਦੇ ਆ ਇਦਾਂ ਆਪਾਂ ਇੱਕ ਦੂਜੇ ਨਾਲ ਜੁੜੇ ਰਹਿੰਦੇ ਆ ਤੇ ਬਸ ਇਹੀ ਸੀਗੀ ਅੱਜ ਦੀ ਵੀਡੀਓ ਤੇ ਆਪਾਂ ਪੀ ਲਈਏ ਚਾਹ ਤੇ ਹੁਣ ਨਵੀਂ ਵੀਡੀਓ ਆਪਾਂ ਫੇਰ ਸਟਾਰਟ ਕਰਾਂਗੇ ਮਿਲਦੇ ਤੁਹਾਨੂੰ ਕੱਲ ਫੇਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਜੀ ਤੁਹਾਡਾ ਵਲੌਗ ਵੇਖਣ ਲਈ ਤੇ ਵੀਡੀਓ ਨੂੰ ਅੱਗੇ ਵੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਾਏ।